ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਉੱਪਰ ਜੋ ਇਸ ਵੇਲੇ ਜਿਹੜੇ ਪਏ ਨੇ ਹੜ੍ਹ ਆਇਓ ਆ, ਸਾਰੇ ਪਾਸੇ ਬਹੁਤ ਇਲਾਕਿਆਂ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਅਤੇ ਹੋ ਵੀ ਗਿਆ ਆ। ਸਾਡੇ ਸੇਵਾਦਾਰ ਮੋਹਰੇ ਹੋਏ ਉਹ ਦਿਨ ਦਿਹਾੜੀ ਪਿਛਲੇ 24 ਘੰਟੇ ਲਾ ਕੇ ਸੇਵਾ ਕਰ ਰਹੇ ਆ। ਆਪਣੀਆਂ ਕਿਸ਼ਤੀਆਂ ਵੀ ਬੁੱਕ ਕਰ ਲਈਆਂ ਪਹਿਲਾਂ ਉਹਨਾਂ ਨੇ, ਜਿਹੜੀਆਂ ਭਾਈ ਮੋਟਰ ਵਾਲੀਆਂ ਕਿਸ਼ਤੀਆਂ ਸੀਗੀਆਂ ਜਾਂ ਹੱਥ ਵਾਲੀਆਂ ਕਿਸ਼ਤੀਆਂ, ਬੱਚੇ ਬੀਬੀਆਂ ਬਜ਼ੁਰਗ ਉਹਨੂੰ ਬਚਾ ਰਹੇ ਆ, ਪਾਣੀ ਦੇ ਵਿੱਚੋਂ ਕੱਢ ਰਹੇ ਆ, ਜਿੱਥੇ ਭਾਈ ਸੇਫ ਥਾਂ 'ਤੇ ਲੈ ਕੇ ਜਾ ਰਹੇ ਆ। ਉਹਨਾਂ ਦਾ ਧੰਨਵਾਦ, ਉਹਨਾਂ ਸੇਵਾਦਾਰਾਂ ਦਾ ਬਹੁਤ ਧੰਨਵਾਦ। ਪਿਛਲੀ ਵਾਰ ਵੀ ਹੜ੍ਹ ਆਏ ਸੀਗੇ ਅਤੇ ਸਾਡੇ ਜਿਹੜੇ ਸੇਵਾਦਾਰ ਸੀਗੇ ਪੰਜਾਬ ਤੋਂ, ਡਟ ਕੇ ਸੇਵਾ ਕੀਤੀ ਸੀ ਦਿਨ ਦਿਹਾੜੀ। ਉਹ ਬੋਟ ਜਿਹੜਾ ਵੀ ਕਿਸ਼ਤੀਆਂ ਜਾਂ ਬੋਟ ਆ, ਉਹਨਾਂ ਖਾਣਾ ਵੀ ਲੈ ਕੇ ਜਾਂਦੇ ਆ, ਪਾਣੀ ਵੀ ਲੈ ਕੇ ਜਾਂਦੇ ਆ, ਕਿਉਂਕਿ ਕਈ ਘਰ ਤੁਹਾਨੂੰ ਪਤਾ ਹੁਣ ਪਾਣੀ ਆਲੇ ਦੁਆਲੇ ਖੜ੍ਹਾ ਕੋਈ ਪਹੁੰਚ ਨਹੀਂ ਸਕਦਾ ਅਤੇ ਨਾ ਉਹ ਜਾ ਕੇ ਰਾਸ਼ਨ ਪਾਣੀ ਲੈ ਸਕਦੇ ਆ। ਸੋ ਸਾਰੇ ਸੇਵਾਦਾਰਾਂ ਦਾ, ਸਾਰੀ ਟੀਮ ਦਾ, ਪੰਜਾਬ ਦੀ ਟੀਮ ਦਾ, ਖਾਲਸਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡਾ ਇਹ ਸੁਨੇਹਾ ਆ ਭਈ ਜਦੋਂ ਹੁਣ ਪਾਣੀ ਨਿਕਲਣ ਲੱਗ ਪੈਣਾ ਉਦੋਂ ਅਸਲੀ ਕੰਮ ਸ਼ੁਰੂ ਹੋਣਾ। ਅਤੇ ਹੁਣ ਜੇ ਤੁਸੀਂ ਜਥੇਬੰਦੀਆਂ ਨੂੰ ਡੋਨੇਸ਼ਨ ਕਰਦੇ ਆ ਮਾਇਆ ਦਿੰਦੇ ਬਾਹਰੋਂ, ਪਿਛਲੀ ਵਾਰ ਵੀ ਇਹ ਹੋਇਆ ਸੀਗਾ, ਕਿਉਂਕਿ ਜਦੋਂ ਹੜ੍ਹ ਆਏ ਸੀਗੇ ਬਹੁਤ ਮਾਇਆ ਉਸ ਵੇਲੇ ਗਈ ਜਦੋਂ ਪਾਣੀ ਖੜ੍ਹਾ ਸੀਗਾ ਅਤੇ ਸਾਰੇ ਪਾਸੇ ਕਾਫੀ ਇਮੋਸ਼ਨਲ ਹੋਈ ਸੀ ਸੰਗਤ। ਖਾਲਸਾ ਸਾਈਡ ਦਾ ਹਾਲ ਤੱਕ ਵੀ ਪਾਣੀ ਦਾ ਜਿਹੜਾ ਉਦੋਂ ਹੜ੍ਹ ਆਏ ਸੀ 2019 'ਚ ਕੰਮ ਚੱਲੀ ਜਾਂਦਾ, ਕਿਉਂਕਿ ਮਾਇਆ ਜੋ ਦਿੱਤੀ ਸਾਨੂੰ ਤੁਸੀਂ। ਅਤੇ ਜਿਹੜੇ ਜਥੇਬੰਦੀਆਂ ਨੇ 2 ਹਫ਼ਤੇ ਬਾਅਦ ਰਹਿ ਕੇ ਚੱਲ ਗਏ ਬਾਹਰ, ਤੁਸੀਂ ਉਹਨੂੰ ਪੁੱਛੋ ਪਿਛਲੀ ਵਾਰੀ ਭਈ ਪੈਸੇ ਕਿੱਥੇ ਗਏ। ਹੁਣ ਵੀ ਗੱਲ ਇਹ ਹੋਣੀ ਆ, ਅਸੀਂ ਹਾਲ ਤੱਕ ਅਪੀਲ ਨਹੀਂ ਕੀਤੀ ਪਰ ਡੋਨੇਸ਼ਨ ਆਈ ਜਾਂਦੇ ਆ, ਅਸੀਂ ਖਰਚਾ ਵੀ ਕਰਾਂਗੇ ਉੱਥੇ, ਕਿਉਂਕਿ ਖਰਚਾ ਸਾਨੂੰ ਪਹਿਲਾਂ ਪਤਾ ਪੰਜਾਬ ਆ, ਅਤੇ ਦੂਜੀ ਗੱਲ ਆ ਵੀ ਉੱਥੇ ਮਗਰੋਂ ਨੁਕਸਾਨ ਜਿਹੜਾ ਹੋਣਾ ਪਾਣੀ ਜੋ ਚੱਲ ਗਿਆ ਉਦੋਂ ਅਸਲੀ ਨੁਕਸਾਨ ਦਾ ਲੱਗਦਾ ਪਤਾ, ਉਹ ਫਿਰ ਲੱਗਦਾ 1-2-3-4-5 ਸਾਲ ਵੀ ਲੱਗ ਸਕਦੇ ਆ ਕਹਿ ਦਿਓ। ਜਿੱਦਾਂ ਹੁਣ ਖਾਲਸਾ ਦਾ 2019 ਵਿੱਚ ਹੜ੍ਹ ਆਏ ਸੀ ਪੰਜਾਬ 'ਚ, ਤਾਂ ਖਾਲਸਾ ਹਲਤਾ ਵੀ ਪੰਜਾਬ ਘਰ ਬਣਾਈ ਜਾਂਦੇ ਆ। ਸੋ ਤੁਸੀਂ ਆਪਣਾ ਧਿਆਨ ਰੱਖਣਾ, ਪਰ ਜਿਹੜੇ ਪੰਜਾਬ ਦੀ ਸੰਗਤ ਜਿਹੜੀ ਇਸ ਵੇਲੇ ਹੜ੍ਹਾਂ 'ਚ ਫਸੀ ਪਈ ਆ, ਅਸੀਂ ਉਹਨਾਂ ਬੇਨਤੀ ਕਰਦੇ ਵੀ ਹੜ੍ਹਾਂ ਦੇ ਪਾਣੀ ਬਹੁਤ ਗੰਦੇ ਹੁੰਦੇ ਆ, ਬਹੁਤ ਜ਼ਹਿਰੀਲੇ ਹੁੰਦੇ ਆ, ਉਹਦੇ ਵਿੱਚ ਦਵਾਈਆਂ ਹੁੰਦੀਆਂ ਜਿਹੜੀਆਂ ਕਿਸਾਨੀ ਦਵਾਈਆਂ ਹੁੰਦੀਆਂ, ਫਰਟੀਲਾਈਜ਼ ਹੁੰਦੇ, ਬੀਜ ਹੁੰਦੇ ਆ, ਮਰੇ ਜਾਨਵਰ ਪਾਣੀ 'ਚ ਹੁੰਦੇ ਆ, ਤੇਲ ਹੁੰਦਾ, ਡੀਜ਼ਲ ਹੁੰਦਾ, ਹਰ ਚੀਜ਼ ਜਿਹੜੀ ਰੁੜ ਗਈ ਆ ਉਹ ਪਾਣੀ 'ਚ ਹੁੰਦਾ, ਇਹ ਬਹੁਤ ਪਾਣੀ ਜ਼ਹਿਰੀਲਾ ਹੁੰਦਾ। ਤੁਹਾਡੀ ਭਈ ਚਲੋ ਚਮੜੀ ਨੂੰ ਲੱਗ ਜਾਵੇ, ਤੁਹਾਡੀ ਸਕਿਨ ਨੂੰ ਲੱਗ ਜਾਵੇ, ਤੁਹਾਡੀ ਬਿਮਾਰੀਆਂ ਬਹੁਤ ਪੈਦਾ ਹੋ ਸਕਦੀਆਂ। ਤੁਸੀਂ ਇਹ ਗੰਦੇ ਪਾਣੀ ਤੋਂ ਦੂਰ ਰਹਿਣਾ, ਵਿੱਚ ਲੱਤਾਂ ਹੱਥ ਹੁੱਥ ਨਹੀਂ ਪਾਉਣੇ, ਬੱਚੇ ਬਚਾਉਣੇ ਆਪਣੇ, ਬੱਚੇ ਨਾਲ ਹੱਥ ਲਾਉਣ ਪਾਣੀ ਨੂੰ। ਇਹ ਪਾਣੀ ਮੇਰੇ ਖਿਆਲ ਇਸ ਵੇਲੇ ਸਾਰਿਆਂ ਤੋਂ ਖਤਰਨਾਕ ਚੀਜ਼ ਆ, ਇਹਨਾਂ ਬਿਮਾਰੀਆਂ ਵੀ ਸ਼ੁਰੂ ਹੋਣੀਆਂ। ਸੋ ਆਪਣਾ ਤੁਸੀਂ ਖਿਆਲ ਰੱਖਣਾ। ਖਾਲਸਾ ਦੀਆਂ ਟੀਮਾਂ ਪਹੁੰਚ ਰਹੀਆਂ ਜਿੱਥੇ ਪਹੁੰਚ ਸਕਦੀਆਂ, ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਉੱਥੇ ਹੋਰ ਵੀ ਜਥੇਬੰਦੀਆਂ, ਹੋਰ ਵੀ ਜਿਹੜੇ ਆਮ ਲੋਕ ਆ ਪਿੰਡਾਂ ਵਾਲੇ, ਬਹੁਤ ਮਦਦ ਕਰ ਰਹੇ ਆ। ਇਕੱਲੇ ਖਾਲਸਾ ਕੁਛ ਨਹੀਂ ਕਰ ਸਕਦੇ, ਨਾ ਇਕੱਲੇ ਕਰਦੇ ਆ। ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਭਈ ਆਪਣਾ ਘਰ ਛੱਡ ਕੇ ਇਸ ਵੇਲੇ ਦੂਜੇ ਦੀ ਮਦਦ ਕਰ ਰਹੇ ਆ। ਇਹ ਅਸਲੀ ਪੰਜਾਬ ਆ, ਪੰਜਾਬ ਸ਼ਹਿਰ ਇੱਦਾਂ ਹੁੰਦਾ ਵੀ ਇੱਕ ਦੂਜੇ ਦੀ ਮਦਦ ਕਰਨੀ। ਸੋ ਅਸੀਂ ਸਾਰੇ ਧੰਨਵਾਦੀ ਹਾਂ, ਅਤੇ ਮਗਰੋਂ ਅਸੀਂ ਦੇਖਾਂਗੇ ਵੀ ਕੀ ਸਿਚੁਏਸ਼ਨ ਆ, ਫਿਰ ਅਪਡੇਟ ਦੇਵਾਂਗੇ। ਫਿਰ ਇੱਕ ਵਾਰੀ ਸਾਡੇ ਸਾਰੇ ਸੇਵਾਦਾਰਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।